ਮਾਨਯੋਗ ਅਦਾਲਤ ਨੇ ਕੀਟਨਾਸ਼ਕ ਦਵਾਈਆਂ ਵੇਚਣ ਵਾਲੇ ਵਿਅਕਤੀਆਂ ਨੂੰ ਸੁਣਾਈ 1-1 ਸਾਲ ਦੀ ਸਜ਼ਾ ਸਜ਼ਾ ਪਾਉਣ ਵਾਲਿਆਂ ਵਿੱਚੋਂ ਇੱਕ ਦੁਕਾਨਦਾਰ ਇੱਕ ਡਿਸਟ੍ਰੀਬਿਊਟਰ ਅਤੇ 4 ਕੰਪਨੀਆਂ ਦੇ ਨੁਮਾਇੰਦੇ ਸ਼ਾਮਿਲ ਸਨ ਐਸੇ ਸੰਬੰਧ ਵਿੱਚ ਖੇਤੀਬਾੜੀ ਅਧਿਕਾਰੀ ਮਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸਮੇਂ-ਸਮੇਂ ਤੇ ਸਾਡੀ ਟੀਮ ਕੀਟਨਾਸ਼ਕ ਦਵਾਈਆਂ ਦੇ ਸੈਂਪਲ ਲੈਂਦੀ ਹੈ ਅਤੇ ਉਹਨਾਂ ਦੀ ਜਾਂਚ ਕਰਦੀ ਹੈ ਉਥੇ ਹੀ 2016 ਦੇ ਵਿੱਚ ਮੋਗਾ ਜ਼ਿਲ੍ਹੇ ਦੇ ਇੱਕ ਕੀਟਨਾਸ਼ਕ ਦਵਾਈ ਵੇਚਣ ਵਾਲੇ ਤੋਂ ਸੈਂਪਲ ਲਿਆ ਗਿਆ ਸੀ ਅਤੇ ਉਸ ਦੀ ਰਿਪੋਰਟ ਗਲਤ ਸਾਬਤ ਹੋਈ ਸੀ ਜਿਸ ਤੋਂ ਬਾਅਦ ਇਹ ਮਾਮਲਾ ਕੋਰਟ 'ਚ ਦਿੱਤਾ ਗਿਆ ਅਤੇ ਮਾਨਯੋਗ ਅਦਾਲਤ ਵੱਲੋਂ ਫੈਸਲਾ ਸੁਣਾਉਂਦੇ ਹੋਏ 6 ਲੋਕਾਂ ਨੂੰ ਇੱਕ-ਇੱਕ ਸਾਲ ਦੀ ਸਜ਼ਾ ਸੁਣਾਈ ਗਈ ਹੈ। ਹੋਰ ਕੀ ਕਿਹਾ ਖੇਤੀਬਾੜੀ ਅਧਿਕਾਰੀ ਮਨਜੀਤ ਸਿੰਘ ਨੇ ਆਓ ਸੁਣਦੇ ਹਾਂ। ਜਦੋਂ ਵੀ ਕਿਸਾਨ ਦੇ ਖੇਤ 'ਚ ਕੋਈ ਦਵਾਈ ਘੱਟ ਕੰਮ ਕਰਦੀ ਆ ਜਾਂ ਗਲਤ ਕੰਮ ਕਰਦੀ ਆ ਉਹ ਸਮੇਂ-ਸਮੇਂ ਤੇ ਸਾਡੇ ਕੋਲ ਆ ਕੇ ਸਾਨੂੰ ਸ਼ਿਕਾਇਤ ਕਰਦੇ ਵੀ ਆ। ਵੈਸੇ ਵੀ ਸਾਡਾ ਕਿਸਾਨ ਭਲਾਈ ਵਿਭਾਗ ਅ ਸਮੇਂ-ਸਮੇਂ ਤੇ ਰੈਂਡਮਲੀ ਚੈਕਿੰਗ ਕਰਦਾ ਰਹਿੰਦਾ ਦੁਕਾਨਾਂ ਦੀ ਤੇ ਜਿਹਦੇ 'ਚ ਅਸੀਂ ਸੈਂਪਲਿੰਗ ਵੀ ਕਰਦੇ ਆ। ਇਸੇ ਤਰ੍ਹਾਂ ਹੀ ਪਿਛਲੇ ਸਮੇਂ 'ਚ ਅ ਜਲਾਲਾਬਾਦ ਵਿਖੇ ਬਰਾੜ ਖੇਤੀ ਸਹਾਇਤਾ ਸੈਂਟਰ ਦੀ ਦੁਕਾਨ ਦੀ ਚੈਕਿੰਗ ਕੀਤੀ ਸੀ। ਉਹਦਾ ਸਿੰਪਲ ਹੈਗਾ ਸੀ ਕਾਰਟਪ ਹਾਈਡਰੋਕਨ ਰਾਈਡ 4% 4% ਜੀ ਤੇ ਇਹ ਜਿਹੜੀ ਦਵਾਈ ਆ ਢਾਲੀਵਾਲ ਖੇਤੀ ਸੇਵਾ ਸੈਂਟਰ ਬੁੱਧਨੀ ਕਲਾਂ ਵੱਲੋਂ ਸਪਲਾਈ ਕੀਤੀ ਗਈ ਸੀ ਕ੍ਰਿਸਟਲ ਕ੍ਰੌਪ ਪ੍ਰੋਟੈਕਸ਼ਨ ਐਂਡ ਲਿਮਟਿਡ ਕੰਪਨੀ ਵੱਲੋਂ ਇਹ ਦਵਾਈ ਦੇ ਨਰਮਾਤਾਸ਼ਿਕ ਇਹਨਾਂ ਵੱਲ ਬਣਾਈ ਗਈ ਸੀ ਤੇ ਇਸ ਕੇਸ ਦਾ ਫੈਸਲਾ ਮਾਨਯੋਗ ਜੱਜ ਸਾਹਿਬ ਨੇ ਕੀਤਾ ਹੁਣ ਤੇ ਉਹਦੇ ਚ ਇਹਨਾਂ ਨੂੰ ਜਿਹੜਾ ਬਰਾੜ ਖੇਤੀ ਸੇਵਾ ਸੈਂਟਰ ਦਾ ਮਾਲਕਾ ਬਲਵਿੰਦਰ ਸਿੰਘ ਸਨ ਅਫਰਤਨ ਸਿੰਘ ਵਾਸੀ ਜਲਾਲਾਬਾਗ ਇਹਨੂੰ 1 ਸਾਲ ਦੀ ਸਜ਼ਾ ਦਿੱਤੀ ਹੈ ਜੀ ਤੇ ਜਿਹੜਾ ਡਿਸਟ੍ਰੀਬਿਊਟਰ ਸੀਗਾ ਆਪਣਾ ਲਵਦੀਪ son of ਜਤਿੰਦਰਪਾਲ ਉਹਨਾਂ ਨੂੰ ਵੀ 1 ਸਾਲ ਦੀ ਸਜ਼ਾ ਦਿੱਤੀ ਆ ਇਸੇ ਤਰ੍ਹਾਂ ਹੀ ਕੰਪਨੀ ਦੇ ਵੀ ਚਾਰ ਨਮਾਇंदे ਸੀਗੇ ਜਿਹਦਾ ਅਰਵਿੰਦ ਕੁਮਾਰ त्याਗੀ ਸੰਜੀਵ ਕੁਮਾਰ ਅਰਜਨ ਚਰਕ ਤੇ ਦਵਿੰਦਰ ਸਿੰਘ ਇਹਨਾਂ ਦੋਵਾਂ ਵਿਚਾਰਾਂ ਨੂੰ ਇੱਕ ਇੱਕ}{|\text{ਖਾਲ ਦੀ ਸਜ਼ਾ ਕੀਤੀ ਮਨਜੂਰ ਸਿੰਘ ਸਾਹਿਬ ਨੇ ਤੇ ਇਹਨਾਂ ਨੂੰ ਹੁਣ ਸਜ਼ਾ ਹੋਈ ਵੀ ਹੈ ਕਿ ਕਿੱਥੋਂ ਦੀ ਕੰਪਨੀ ਸੀ ਜੀ ਔਰ ਕਿਹੜੇ ਪ੍ਰੋਡਕਟ ਵਾਸਤੇ ਇਹਾਂ ਨੇ ਦਵਾਈ ਜਿਹੜੀ ਛਿੜਕੀ ਸੀ ਜੀ ਜਿਹੜੀ ਕਾਟਫ ਹਾਈਡਰੋਕਲੋਰਾਈਡ ਹੈ ਜੀ ਇਹ ਝੋਨੇ 'ਚ ਪੈਂਦੀ ਹੈ ਦਵਾਈ ਝੋਨੇ ਦੇ ਝੋਨੇ ਦੇ ਕੀਟਨਾਸ਼ਕ ਮਾਰਨ ਵਾਸਤੇ ਤੇ ਇਹ ਜਿਹੜੀ ਜਲਾਲਾਬਾਦ ਤੋਂ ਖਰੀਦੀ ਗਈ ਸੀ ਤੇ ਸਪਲਾਈ ਵਧਨੀ ਕਲਾਂ ਦੇ ਡੀਲਰ ਵੱਲੋਂ ਕੀਤੀ ਗਈ ਸੀ ਡਿਸਟ੍ਰੀਬਿਊਟਰ ਸੀ ਉਹ ਤੇ ਜਿਹੜੀ ਕੰਪਨੀ ਦਾ ਨਾਮ ਸੀ ਕ੍ਰਿਸਟਲ ਕ੍ਰਾਫਟ ਪ੍ਰੋਟੈਕਸ਼ਨ ਲਿਮਟਿਡ ਕੰਪਨੀ ਦਾ ਕੀ ਕਮੀ ਪਾਈ ਗਈ ਜੀ ਇਹਦੇ ਵਿੱਚ ਇਹ ਇਹਦੇ ਚ ਇਹ 4% 4% ਜੀ ਇਹਦਾ ਇਹਦਾ ਐਕਟਿਵ ਇਨਗਰੀਡੀਐਂਟ ਸੀਗਾ ਤੇ ਜਿਹੜਾ ਕਿ ਟੈਸਟ ਅਪਰੰਤ 2.95 ਆਇਆ ਤੇ ਜਿਹੜਾ ਕਿ ਮਿਸਬ੍ਰਾਂਡਡ ਕੋਸ਼ਤ ਕੀਤਾ ਗੱਲ ਲਬਾਟਰੀ ਵੱਲੋਂ ਅ ਇਹਦੇ ਚ ਅਸੀਂ ਇਸ ਕੰਪਨੀ ਦੇ ਹੋਰ ਪ੍ਰੋਡਕਟਾਂ ਵਾਸਤੇ ਵੀ ਸਾਰੇ ਅਲਰਟ ਕੀਤਾ ਸਾਰੇ ਪੰਜਾਬ ਲੈਵਲ ਤੇ ਅਲਰਟ ਕੀਤਾ ਜੀ ਸਾਰੇ ਪੰਜਾਬ ਨਾਲ ਤੇ ਅਸੀਂ ਲੈਟਰ ਚ ਪਾਏ ਨੇ ਜਿੱਥੇ ਜਿੱਥੇ ਵੀ ਇਸ ਕੰਪਨੀ ਦੇ ਪ੍ਰੋਡਕਟ ਇਹ ਬੈਚ ਨੰਬਰ ਜਾਂ ਇਸ ਕੰਪਨੀ ਦੇ ਹੋਰ ਪ੍ਰੋਡਕਟਾਂ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ